ਦੋਸਤੋ, ਸੈਂਟਰ ਬੈਂਕ ਆਫ ਇੰਡੀਆ ਵੱਲੋਂ ਸਫਾਈ ਕਰਮਚਾਰੀ ਦੀਆਂ ਰੈਗੂਲਰ ਪੋਸਟਾਂ ਲਈ ਨੋਟੀਫਿਕੇਸ਼ਨ ਆਊਟ ਕਰਤਾ ਗਿਆ ਜੀ। ਦੋਸਤੋ, ਇਹਨਾਂ ਪੋਸਟਾਂ ਲਈ ਵਿੱਦਿਅਕ ਯੋਗਤਾ, ਕੁਆਲੀਫਿਕੇਸ਼ਨ, ਸੈਲਰੀ ਕੀ ਹੋਵੇ, ਕਿਵੇਂ ਤੁਸੀਂ ਅਪਲਾਈ ਕਰਨਾ, ਸਾਰੀ ਜਾਣਕਾਰੀ ਡਿਟੇਲ 'ਚ ਦਿਆਂਗਾ। ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ। ਚਲੋ ਦੋਸਤੋ, ਵੀਡੀਓ ਸ਼ੁਰੂ ਕਰਦੇ ਹਾਂ। ਦੋਸਤੋ, ਕੁੱਲ ਪੋਸਟਾਂ ਲਈ 484 ਪੋਸਟਾਂ ਲਈ ਪੰਜਾਬ ਦੇ ਅਤੇ ਹੋਰ ਸਟੇਟ ਦੇ ਉਮੀਦਵਾਰ ਵੀ ਅਪਲਾਈ ਕਰ ਸਕਦੇ ਨੇ ਜੀ। ਜਿਨ੍ਹਾਂ ਨੇ ਸਿੰਪਲ 10ਵੀਂ ਪਾਸ ਕੀਤੀ ਆ, ਉਹਨਾਂ ਕੋਲ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ। ਮੁੰਡੇ ਅਤੇ ਕੁੜੀਆਂ ਦੋਨੋਂ ਹੀ ਕੈਂਡੀਡੇਟਸ ਅਪਲਾਈ ਕਰ ਸਕਣਗੇ। ਚਲੋ ਦੋਸਤੋ, ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ। ਦੋਸਤੋ, ਪੋਸਟਾਂ ਦੀ ਡਿਟੇਲ, ਉਮਰ ਹੱਦ, ਕੁਆਲੀਫਿਕੇਸ਼ਨ ਅਤੇ ਸੈਲਰੀ ਕੁਛ ਇਸ ਪ੍ਰਕਾਰ ਹੈ ਜੀ। ਦੋਸਤੋ, ਪੋਸਟਾਂ ਨੇ ਜੀ, ਸਫਾਈ ਕਰਮਚਾਰੀ ਕਮ ਸਬ ਸਟਾਫ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ। ਟੋਟਲ ਪੋਸਟਾਂ ਨੇ 484। ਇਹਨਾਂ ਪੋਸਟਾਂ ਲਈ ਪੰਜਾਬ ਦੇ ਅਤੇ ਅਦਰ ਸਟੇਟ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ। ਏਜ ਲਿਮਿਟ ਆ ਜੀ 18 ਤੋਂ ਲੈ ਕੇ 26 ਸਾਲ। ਵਿੱਦਿਅਕ ਯੋਗਤਾ ਜੀ, ਸਿੰਪਲ 10ਵੀਂ ਤੁਸੀਂ ਪਾਸ ਕੀਤੀ ਆ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ। ਦੋਸਤੋ, ਇਹਨਾਂ ਪੋਸਟਾਂ ਲਈ 14,500 ਤੋਂ ਲੈ ਕੇ 28,145 ਰੁਪਏ ਪ੍ਰਤੀ ਮਹੀਨਾ ਪੇ ਦਿੱਤੀ ਜਾਵੇਗੀ। ਦੋਸਤੋ, ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਦੋਸਤੋ, ਅੱਜ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ। ਸੈਂਟਰ ਬੈਂਕ ਆਫ ਇੰਡੀਆ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ। ਅਪਲਾਈ ਕੇਵਲ ਤੁਸੀਂ ਔਨਲਾਈਨ ਕਰਨਾ ਹੋਵੇਗਾ ਜੀ। ਔਨਲਾਈਨ ਅਪਲਾਈ ਕਰਨ ਦੀ ਲਾਸਟ ਡੇਟ ਆ ਜੀ 16/1/2024 ਤੱਕ ਤੁਸੀਂ ਅਪਲਾਈ ਕਰ ਸਕੋਗੇ। ਕੇਵਲ 4 ਦਿਨ ਤੁਹਾਡੇ ਕੋਲ ਬਾਕੀ ਨੇ ਜੀ। ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਜੀ। ਦੋਸਤੋ, ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਜੀ ਤਾਂ ਜੋ ਕਿ ਮੇਰਾ ਵੀਡੀਓ ਪੰਜਾਬ ਦੇ ਹਰ ਇੱਕ ਬੇਰੁਜ਼ਗਾਰ ਉਮੀਦਵਾਰ ਤੱਕ ਪਹੁੰਚ ਸਕੇ, ਉਸ ਸਮੇਂ ਰਹਿੰਦੇ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕੇ। ਫੀਸ ਪੇਮੈਂਟ ਕਰਨ ਅਤੇ ਔਨਲਾਈਨ ਅਪਲਾਈ ਕਰਨ ਦੀ ਲਾਸਟ ਡੇਟ 16/1/2024 ਹੋਵੇਗੀ ਜੀ, ਜੋ ਤੁਹਾਡਾ PET ਇਗਜ਼ਾਮ ਹੋਵੇਗਾ ਜੀ ਜਨਵਰੀ 2024 ਵਿੱਚ। ਔਨਲਾਈਨ ਐਗਜ਼ਾਮੀਨੇਸ਼ਨ ਫਰਵਰੀ 2024 ਵਿੱਚ। ਇਹਦਾ ਰਿਜ਼ਲਟ ਫਰਵਰੀ 2024 ਵਿੱਚ ਅਨਾਊਂਸਮੈਂਟ ਕੀਤਾ ਜਾਵੇਗਾ। ਜੋ ਲੋਕਲ ਲੈਂਗੁਏਜ ਟੈਸਟ ਹੋਵੇਗਾ ਜੀ ਜੋਨ ਵਾਈਜ਼ ਮਾਰਚ ਵਿੱਚ ਹੋਵੇਗਾ ਜੀ। ਅਪ੍ਰੈਲ ਵਿੱਚ ਤੁਹਾਡਾ ਰਿਜ਼ਲਟ ਅਨਾਊਂਸਮੈਂਟ ਕਰਤਾ ਜਾਵੇਗਾ। ਉਹਦੇ ਵਾਸਤੇ ਤੁਹਾਡਾ ਜੋ ਸਟੇਸ਼ਨ ਹੈ ਉਹ ਡਿਕਲੇਅਰ ਕਰਤਾ ਜਾਵੇਗਾ। ਦੋਸਤੋ, ਸਿਲੈਕਸ਼ਨ ਤੁਹਾਡਾ ਹੋਵੇਗਾ ਕਿਵੇਂ? ਤੁਹਾਡਾ ਇੱਕ ਔਨਲਾਈਨ ਇਗਜ਼ਾਮ ਹੋਵੇਗਾ ਜੀ। ਨੰਬਰ 2, ਲੋਕਲ ਲੈਂਗੁਏਜ ਟੈਸਟ ਤੁਹਾਡਾ ਲਿਆ ਜਾਵੇਗਾ। ਉਹਦੇ ਨੰਬਰਾਂ ਦੇ ਆਧਾਰ 'ਤੇ ਤੁਹਾਡਾ ਸਿਲੈਕਸ਼ਨ ਕੀਤਾ ਜਾਵੇਗਾ। ਦੋਸਤੋ, ਇਹਨਾਂ ਪੋਸਟਾਂ ਲਈ ਜੋ ਐਪਲੀਕੇਸ਼ਨ ਫੀਸ ਰੱਖੀ ਗਈ ਹੈ ਕੁਛ ਇਸ ਪ੍ਰਕਾਰ ਹੈ ਜੀ। SC ST PWD ਜੋ ਉਮੀਦਵਾਰ ਨੇ ਉਹਨਾਂ ਲਈ 175 ਰੁਪਏ, ਜੋ ਜਰਨਲ ਐਂਡ OBC ਨੇ ਜੀ ਉਹਨਾਂ ਲਈ 850 ਰੁਪਏ ਐਪਲੀਕੇਸ਼ਨ ਫੀਸ ਰੱਖੀ ਗਈ ਹੈ ਜੀ। ਦੋਸਤੋ, ਔਨਲਾਈਨ ਅਪਲਾਈ ਕਰਨ ਦਾ ਲਿੰਕ ਪਲੱਸ ਇਸ ਨੋਟੀਫਿਕੇਸ਼ਨ ਦਾ ਲਿੰਕ ਵੀ ਮੈਂ ਆਪਣੇ ਡਿਸਕ੍ਰਿਪਸ਼ਨ ਬੋਕਸ 'ਚ ਦੇ ਦੇਵਾਂਗਾ, ਉੱਥੋਂ ਡਾਇਰੈਕਟ ਤੁਸੀਂ ਔਨਲਾਈਨ ਅਪਲਾਈ ਕਰ ਲੈਣਾ ਜੀ। ਦੋਸਤੋ, ਉਮੀਦ ਕਰਦਾ ਮੇਰੇ ਵਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ। ਉਹ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ।